ਭਾਈ ਭੁਪਿੰਦਰ ਸਿੰਘ ਨੂੰ ਟੱਡਿਆਂ ਵਾਲੇ ਦੀਆਂ ਕਮਜ਼ੋਰੀਆਂ ਦਾ ਪਤਾ ਸੀ। ਉਸ ਦਿਨ ਟੱਡਿਆਂ ਵਾਲੇ ਨੇ ਉਸ ਨੂੰ ਜਾਣ ਬੁੱਝ ਕੇ ਮੂਲੀ ਸੀਟ ਤੇ ਬਿਠਾ ਦਿੱਤਾ ਅਤੇ ਆਪ ਹੀ ਪਿੱਛੋਂ ਗੋਲੀਆਂ ਮਾਰ ਕੇ ਮਾਰ ਦਿੱਤਾ। ਫਿਰ ਸ਼ਬੀਲ ਵਾਲੀ ਕਹਾਣੀ ਬਣਾ ਕੇ ਲੋਕਾਂ ਦੇ ਵਿੱਚ ਸੱਚਾ ਬਣ ਗਿਆ। ਜੇਕਰ ਟੱਡਿਆਂ ਵਾਲਾ ਸੱਚਾ ਹੈ ਤਾਂ ਭੁਪਿੰਦਰ ਸਿੰਘ ਦੇ ਗੋਲੀ ਲੱਗਦੀ ਦੀ ਵੀਡੀਓ ਜਾਰੀ ਕਰੇ, ਸ਼ਬੀਲ ਵੱਲੋਂ ਕੀਤੇ ਗਏ ਹਮਲੇ ਦੀ ਡੈਸ਼ ਕੈਮ ਵੀਡੀਓ ਜਾਰੀ ਕਰੇ। ਇਹ ਸਾਰੀ ਕਹਾਣੀ ਇਸ ਨੇ ਆਪ ਹੀ ਬਣਾਈ ਹੈ। ਬਾਅਦ ਦੀਆਂ ਫੋਟੋਆਂ ਦਿਖਾ ਦਿੱਤੀਆਂ ਪਰ ਘਟਨਾ ਹੁੰਦੀ ਦੀ ਵੀਡੀਓ ਨਹੀਂ ਦਿਖਾਈ ਗਈ। ਜਿਹੜੇ ਤਰਕ ਦੇ ਨਾਲ ਇਹ ਲੋਕਾਂ ਦੇ ਸਵਾਲ ਕਰਦਾ ਹੈ ਉਸੇ ਤਰਕ ਦੇ ਅਧੀਨ ਜਵਾਬ ਇਸ ਨੂੰ ਵੀ ਦੇਣੇ ਪੈਣਗੇ। ਆਪਣੀ ਵੀਡੀਓ ਦੇ ਕੇ ਨਿਹੰਗ ਸਿੰਘਾਂ ਤੋਂ ਬੇਅਦਬੀ ਵਾਲੀ ਵੀਡੀਓ ਲੈ ਜਾਵੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੋਸ਼ਲ ਮੀਡੀਆ ਤੇ ਭਾਈ ਸਤਵੰਤ ਸਿੰਘ ਨੇ ਕੀਤਾ, ਜੋ ਵਾਜੀਕੋਪ ਟੀਵੀ ਦੇ ਜ਼ਰੀਏ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ। ਤੁਹਾਡਾ ਕੀ ਕਹਿਣਾ ਇਸ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ।